ਪੰਨੂ ਸਾਹਿਬ ਇਹਦਰ ਤੁਹਾਨੂੰ ਲੱਗਦਾ ਵੀ ਕਾਂਗਰਸ ਚੋਣਾਂ ਦੀ ਤਿਆਰੀਆਂ ਖਿੱਚ ਰਹੀ ਹੈ ਕਿਉਂਕਿ ਹਰੀਸ਼ ਰਾਵਤ ਦੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਕੀ ਪ੍ਰਤੀਕਰਮ ਆ ਰਿਹਾ ਹੈ ਇਹਦੇ ਬਾਰੇ ਕੀ ਅਪਡੇਟ ਹੈ ਜੀ ਦੇਖੋ ਇਸ ਤਰ੍ਹਾਂ ਹੈ ਜੀ ਕਿ ਕਿਉਂਕਿ ਲੱਛਣ ਹੁੰਦੇ ਹਨ ਜਿਵੇਂ ਤੁਸੀਂ ਹੁਣ ਕੋਵਿਡ ਦੀ ਗੱਲ ਕਰ ਰਹੇ ਸੀ ਲੱਛਣ ਹਰੇਕ ਚੀਜ਼ ਦੇ ਹੁੰਦੇ ਆ ਤਾਂ ਕੁਝ ਨਾ ਕੁਝ ਲੱਛਣਾਂ ਤੋਂ ਪਤਾ ਲੱਗਣਾ ਲੜਾ ਦੀ ਉਹ ਸ਼ੁਰੂ ਹੋ ਜਾਂਦਾ ਜਿਸ ਦਿਨ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲਿਆਂਦੇ ਗਏ ਆ ਜਿਨ੍ਹਾਂ ਨੂੰ ਕਾਨੂੰਨ ਕਿਹਾ ਜਾ ਰਿਹਾ ਕਾਨੂੰਨ ਤਾਂ ਹੈ ਨਹੀਂ ਉਹ ਜੇ ਬਿੱਲ ਨੇ ਮਹਿਜ਼ ਬਿੱਲ ਨੇ ਐਮਐਸਪੀ ਦਾ ਰੌਲਾ ਪਾਇਆ ਜਾ ਰਿਹਾ ਦੀ ਕਿ ਉਹਦੇ 3 ਸਾਲ ਦੀ ਸਜ਼ਾ ਹੋ ਸਕੂਗੀ ਐਮਐਸਪੀ ਤਾਂ ਕਾਨੂੰਨ ਹੀ ਹੈ ਨਹੀਂਗਾ ਹੂੰ ਹੂੰ ਐਮਐਸਪੀ ਕੋਈ ਕਾਨੂੰਨ ਨਹੀਂਗਾ ਜੀ ਜਿਹਦੇ ਤਹਿਤ ਜਿਹਦੇ ਉੱਤੇ ਤੁਸੀਂ 3 ਸਾਲ ਦੀ ਸਜ਼ਾ ਕਿਸੇ ਨੂੰ ਦੇ ਸਕੋ ਵੀ ਇਤੋਂ ਘੱਟ ਤੂੰ ਕਿਉਂ ਜਿਹੜਾ ਦੀ ਉਹ ਕੀਤੀ ਉਹਦੇ ਤੋਂ ਔਰ ਹੋਣਾ ਕੀ ਸ਼ੁਰੂ ਹੋ ਗਿਆ ਜਿਹੜੇ ਇੱਥੇ ਚੈਨਲ ਨੇ ਨਾ ਜੀ ਖ਼ਬਰੀ ਚੈਨਲ ਨੇ ਉਹਨਾਂ ਦੇ ਤੇ ਐਡਵਰਟਾਈਜ਼ਮੈਂਟ ਚੱਲਣੀ ਸ਼ੁਰੂ ਹੋ ਗਈ ਕਿ ਕਿਸਾਨ ਖੁਸ਼ਹਾਲ ਪੰਜਾਬ ਖੁਸ਼ਹਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਇਹ ਚੱਲਣੀ ਸ਼ੁਰੂ ਹੋ ਗਈ ਮੈਂ ਤੁਹਾਨੂੰ ਹੋਲਡਿੰਗਸ ਦੀ ਗੱਲ ਦੱਸੀ ਸੀ ਦੋ ਦਿਨ ਪਹਿਲਾਂ ਕਿ ਹੋਲਡਿੰਗਸ ਲੱਗਣੇ ਸ਼ੁਰੂ ਹੋਗੇ ਇਸ ਤੋਂ ਇਲਾਵਾ 3 ਵੀਲਰ ਜਿਹੜੇ ਨੇ ਉਹਨਾਂ ਦੇ ਉੱਤੇ ਲਾ ਕੇ ਨਾ ਦੀ ਇਹ ਜਿਹੜੀਆਂ ਹੋਲਡਿੰਗ ਨੇ ਸਾਈਡਾਂ ਦੇ ਉੱਤੇ ਤੇ ਸਪੀਕਰ ਲਾ ਕੇ ਪਿੰਡਾਂ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਕਮਣੇ ਸ਼ੁਰੂ ਹੋ ਗਏ ਅੱਜ ਸਾਰੇ ਜਗ੍ਹਾ ਦੇ ਉੱਤੇ ਹਮ ਹਮ ਪੰਜਾਬ ਜਿਹੜੀ ਕਾਂਗਰਸ ਆ ਉਹਦੇ ਮਾਮਲਿਆਂ ਦੇ ਇੰਚਾਰਜ ਹਰੀਸ਼ रावत ਜਿਹੜੇ ਨੇ ਉਹਨਾਂ ਦੀ ਉਹਨਾਂ ਦਾ ਨਵਜੋਤ ਸਿੱਧੂ ਦੇ ਬਰਥਡੇ ਦੇ ਉੱਤੇ ਆਉਣਾ ਕੇਕ ਕੱਟਣਾ ਉਹਦੀਆਂ ਫੋਟੋਆਂ ਜੜੀਆਂ ਦੀ ਉਹ ਵਾਇਰਲ ਕਰਨੀਆਂ ਨਵਜੋਤ ਸਿੰਘ ਸਿੱਧੂ ਦਾ ਵਿਧਾਨ ਸਭਾ ਦੇ ਵਿੱਚ ਆਉਣਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਤਾਰੀਫ ਕਰ ਦੇਣਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਜੜੀ ਦੀ ਉਹ ਕਰ ਦੇਣਾ ਇਹ ਸਿੰਪਟਮਸ ਨੇ ਇਹ ਲੱਛਣ ਨੇ ਜਿਹੜੇ ਦੀ ਇਸ ਚੀਜ਼ ਦੇ ਕਿ ਕੁਝ ਜਿਹੜਾ ਦੀ ਹੋ ਰਿਝ ਪੱਕ ਰਿਹਾ ਅੰਦਰ ਖਾਤੇ ਅ ਜਿਹੜੇ ਹਰੀਸ਼ रावत ਨੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਵੀ ਜਾ ਕੇ ਜਿਹੜਾ ਦੀ ਡਿਨਰ ਕੀਤਾ ਔਰ ਪ੍ਰਤਾਪ ਸਿੰਘ ਬਾਜਵਾ ਹੋਰੀ ਕਿਉਂਕਿ ਉਹ ਲਗਾਤਾਰ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਉੱਤੇ ਤਾਬੜ ਤੋੜ ਹਮਲੇ ਜਿਹੜੇ ਦੀ ਉਹ ਕਰਦੇ ਰਹੇ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੀ ਕਿਹਾ ਇਹ ਕੁਝ ਨਹੀਂ ਜਿਹੜਾ ਦੀ ਉਹ ਪਤਾ ਇਹ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹਰਾਂ ਦੀ ਜਿਹੜੀ ਮੁਲਾਕਾਤ ਹੈ ਉਹ ਰਾਤ ਕੱਲ ਰਾਤ ਜਿਹੜੀ ਦੀ ਉਹ ਕੈਪਟਨ ਨਮਰਿੰਦਰ ਸਿੰਘ ਹਰਾਂ ਦੇ ਨਾਲ ਹੋਈ ਹੈ ਡਿਨਰ ਦੇ ਉੱਤੇ ਹੂੰ ਹੂੰ ਇਹ ਵੀ ਖਬਰਾਂ ਜੜੀਆਂ ਦੀ ਉਹ ਚੱਲ ਰਹੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਛੇਤੀ ਜਿਹੜਾ ਉਹਨਾਂ ਦਾ ਪਹਿਲਾ ਮੰਤ੍ਰਾਲਾ ਸੀ ਜੀ ਸਤਾਨਕ ਸਰਕਾਰਾਂ ਦੇ ਬਾਰੇ ਉਹ ਦਿੱਤਾ ਜਾ ਸਕਦਾ ਹੂੰ ਹੂੰ ਜਾਂ ਇਸ ਤੋਂ ਇਲਾਵਾ ਉਹਨਾਂ ਨੂੰ ਇੱਕ ਵੱਡਾ ਮੰਤ੍ਰਾਲਾ ਦਿੱਤਾ ਜਾ ਸਕਦਾ ਉਹ ਡਿਪਟੀ ਸੀਐਮ ਦਾ ਹੋ ਸਕਦਾ ਹੈ ਪੰਜਾਬ ਮਾਮਲਿਆਂ ਦੇ ਇੰਚਾਰਜ ਦਾ ਵੀ ਜਿਹੜਾ ਦੀ ਉਹ ਹੋ ਸਕਦਾ ਕੀ ਹਰੀਸ਼ रावत ਉਰੀ ਉਹ ਤੋਂ ਪਾਸੇ ਹੋ ਜਾਣਗੇ ਜੇ ਪਾਸੇ ਹੋ ਜਾਣਗੇ ਫਿਰ ਰੂਸਿਆ ਨੂੰ ਮਨਾਊਗਾ ਕੌਣ ਜੋ ਕੁਛ रावत ਸਾਹਿਬ ਜਿਹੜਾ ਦੀ ਉਹ ਕੰਮ ਕਰ ਰਹੇ ਆ ਇਹ ਕੁਝ ਸਵਾਲ ਨੇ ਅੱਛਾ ਜਿਹੜੇ ਰਾਜਪਾਲ ਨੂੰ ਜਿਹੜਾ ਦੀ ਦਿੱਤਾ ਜਾ ਕੇ ਬਿੱਲ ਜਿਹੜੇ ਸੀ ਉਹਨਾਂ ਦੀ ਕਾਪੀ ਦੇਣੀ ਰਾਸ਼ਟਰਪਤੀ ਤੋਂ ਸਮਾਂ ਮੰਗਣਾ ਵੀ 2 ਨਵੰਬਰ ਤੋਂ ਲੈ ਕੇ 5 ਨਵੰਬਰ ਦੇ ਵਿਚਾਲੇ ਸਮਾਂ ਦਿੱਤਾ ਜਾਵੇ ਇਹ ਇਹਦੀ ਸਾਰੀ ਉਸ ਸਟਰੈਟਜੀ ਦਾ ਇੱਕ ਪਾਰਟ ਹੈ ਕਿਉਂਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੀਕੇ ਨੇ ਪ੍ਰਸ਼ਾਂਤ ਕੁਸ਼ੋਰ ਉਹਦੀ ਵਾਪਸੀ ਹੋ ਚੁੱਕੀ ਹੋਈ ਹੈ ਉਹਨੂੰ ਹਾਇਰ ਦੁਬਾਰਾ ਜਿਹੜਾ ਜੀ ਉਹ ਬਾਈ ਦੇ ਵਾਸਤੇ ਵੀ ਕਰ ਲਿਆ ਗਿਆ ਜਿਹੜਾ ਪਾਣੀਆਂ ਦਾ ਰਖਵਾਲਾ ਕਿਸਾਨਾਂ ਦਾ ਰਖਵਾਲਾ ਜਿਹੜਾ ਦੀ ਉਹ ਇਹ ਇਹ ਜਿਹੜੇ ਨਾਰੇ ਨੇ ਇਹ ਉਹਦੇ ਹੁੰਦੇ ਉਹਦਾ ਇਹ ਸਟਾਈਲ ਹੈ ਹਮ ਹਮ ਜਦੋਂ ਇਹ ਪ੍ਰਚਲਿਤ ਹੋਣੇ ਦੁਬਾਰਾ ਜਿਹੜੇ ਦੀ ਉਹ ਸ਼ੁਰੂ ਹੋਗੇ ਤੇ ਸਿੰਪਟਮਸ ਲੱਛਣ ਜਿਹੜੇ ਨੇ ਉਹ ਦਿਸਣ ਲੱਗ ਗਏ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਹੋ ਸਕਦਾ ਹੈ ਕਿ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹਰੀ ਕਹਿੰਨ ਰਾਸ਼ਟਰਪਤੀ ਤਾਂ ਮੰਨਦੇ ਨਹੀਂ ਵੀ ਮੈਂ ਵਾਦਾ ਕੀਤਾ ਸੀ ਕਿਸਾਨਾਂ ਦੇ ਨਾਲ ਮੈਂ ਅਸਤੀਫਾ ਦੇਣਾ ਹੂੰ ਹੂੰ ਉਹ ਅਸਤੀਫਾ ਦੇ ਸਕਦੇ ਨੇ ਜੇ ਤੁਸੀਂ ਨੋਟਿਸ ਕੀਤਾ ਹੋਵੇ ਜਿਹੜਾ ਸੈਕੰਡ ਡੇ ਸੀਗਾ ਜਿਸ ਦਿਨ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਗਏ ਉੱਥੇ ਸਾਰੇ ਦੇ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਕਾਂਗਰਸ ਦੇ ਨੇ ਉਹਨਾਂ ਨੂੰ ਸੱਦਿਆ ਗਿਆ ਸੀ ਜੀ ਮਤਲਬ ਕਿ ਅਸਤੀਫਾ ਦੇਣ ਦੀ ਉਸ ਦਿਨ ਉਹਨਾਂ ਦੀ ਵੀ ਜਿਹੜੀ ਉਹ ਸਕੀਮ ਹੋ ਸਕਦੀ ਆ ਉਹ ਸਕੀਮ ਅੱਗੇ ਜਿਹੜੀ ਦੀ ਉਪਾਦ ਦਿੱਤੀ ਗਈ ਜੇ ਕੈਪਟਨ ਅਮਿੰਦਰ ਸਿੰਘ ਵੀ ਅਸਤੀਫਾ ਦਿੰਦੇ ਆ ਤੇ ਕਾਂਗਰਸ ਇਹ ਸੋਚਦੀ ਆ ਕਿ ਅੱਜ ਦੇ ਮੌਜੂਦਾ ਸਿਆਸੀ ਮਾਹੌਲ ਦੇ ਵਿੱਚ ਬਾਦਲ ਅਕਾਲੀ ਦਲ ਜਿਹੜਾ ਦੀ ਉਹਦੇ ਪੈਰ ਬੁਰੇ ਤਰੀਕੇ ਨਾਲ ਉਖੜੇ ਹੋਏ ਆ ਉਹ ਕਿਤੇ ਨਹੀਂ ਹੈਗਾ ਆਮ ਆਦਮੀ ਪਾਰਟੀ ਜਿਹੜੀ ਹੈ ਦੀ ਉਹਦੇ ਉਹਦੇ ਅੰਦਰ ਖਾਤੇ ਜੋ ਕੁਝ ਚੱਲ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਦੀ ਉਹ ਨਹੀਂਗਾ ਉਹਦੇ ਕੋਲੇ ਧਨ ਧਾਂਚੇ ਤੱਕ ਅਜੇ ਵੀ ਜਿਹੜਾ ਦੀ ਉਹ ਨਹੀਂ ਹੈਗਾ ਜਿਸ ਧਾਂਚੇ ਤੋਂ ਉਹਨੇ 17 ਦੇ ਵਿੱਚ ਮਾਰ ਜਿਹੜੀ ਦੀ ਉਹ ਖਾਦੀ ਸੀ ਕਾਂਗਰਸ ਨੇ ਸਮਝਦੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾਲ ਜੋੜ ਲਿਆ ਜਾਵੇ ਤੇ ਪ੍ਰਤਾਪ ਸਿੰਘ ਬਾਜਵਾ ਰਵੀ ਨਾਲ ਤੁਰ ਪੈਣ ਕਿਸੇ ਨਾ ਕਿਸੇ ਜਿਹੜਾ ਦੀ ਉਹ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾ ਬੁਝਾ ਲਿਆ ਜਾਵੇ ਦੋਨਾਂ ਨੂੰ ਵੀ ਕੋਈ ਨਹੀਂ ਅਗਲਾ ਭਵਿੱਖ ਤੁਸੀਂ ਹੋ ਕਪਤਾਨ ਸਾਹਿਬ ਨੂੰ ਵੀ ਆਪਾਂ ਨਾਲ ਜਿਹੜਾ ਦੀ ਉਹ ਲੈ ਕੇ ਤੁਰਨਾ ਕਾਂਗਰਸ ਨੇ ਸਮਝ ਦਿਆ ਕਿ ਉਹਦੀ ਰੀਪੀਟ ਵੱਜ ਸਕਦੀ ਹੈ ਅੱਜ ਦੇ ਮੌਜੂਦਾ ਸਿਆਸੀ ਹਾਲਾਤ ਦੇ ਵਿੱਚ ਦੇਖੀਏ ਜੇ ਤੇ ਇਹ ਗੱਲ ਕਿਸੇ ਹੱਦ ਤੱਕ ਸਹੀ ਵੀ ਜੜੀ ਦੀ ਹੋ ਸਕਦੀ ਹੈ ਭੜਕ ਨੂੰ ਕੀ ਹੁੰਦਾ ਇਹ ਨਹੀਂ ਕੁਝ ਵੀ ਜੜਾ ਦੀ ਉਹ ਪਤਾ ਜੇ ਇਹ ਇਹਨਾਂ ਸਾਰਿਆਂ ਨੂੰ ਤੁਸੀਂ ਜੋੜ ਘਟਾਓ ਕਰਕੇ ਉਹਨੂੰ ਰੜਕਦੇ ਹੋ ਤੇ ਉਹਦੇ ਵਿੱਚੋਂ ਇਹ ਗੱਲ ਕਿਤੇ ਨਾ ਕਿਤੇ ਰੜੀ ਜੀ ਉਹ ਨਿਕਲਦੀ ਆ ਕਿ ਸ਼ਾਇਦ ਪੰਜਾਬ ਜਿਹੜਾ ਉਹ ਚੋਣਾਂ ਵੱਲ ਨੂੰ ਵੱਧ ਰਿਹਾ ਜੇ ਕੈਪਟਨ ਰਮਿੰਦਰ ਸਿੰਘ ਹੁਣ ਅਸਤੀਫਾ ਦੇ ਦਿੰਦੇ ਆ ਤੇ ਪੰਜਾ ਛੇ ਮਹੀਨਿਆਂ ਤੋਂ ਬਾਅਦ ਜਿਹੜੀਆਂ ਮਤਲਬ ਕਿ ਮਾਰਚ ਅਪ੍ਰੈਲ ਅ ਤੱਕ ਜਿਹੜਾ ਦੀ ਇਹ ਚੋਣਾ ਜਿਹੜੀਆਂ ਉਸ ਸੰਭਾਵੀ ਰੂਪ ਦੇ ਵਿੱਚ ਹੋ ਸਕਦੀਆਂ ਨੇ ਇਹ ਜਿਹੜੀ ਕੈਲਕੂਲੇਸ਼ਨ ਹੈ ਜਿਹੜੀ ਉਹ ਕਿੱਧਰ ਨੂੰ ਜਾਂਦੀ ਆ ਅਗਲਾ ਤੁਸੀਂ ਇਹ ਲਾ ਕੇ ਚੱਲੋ ਕਿ ਅਠਾਂ ਦਸਾਂ ਦਿਨਾਂ ਦੇ ਵਿੱਚ ਕਾਫੀ ਹੱਦ ਤੱਕ ਤਸਵੀਰ ਜਿਹੜੀ ਹੈ ਦੀ ਉਹ ਕਲੀਅਰ ਹੋਊਗੀ ਜਿਹੜੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕੀਤੀਆਂ ਨੇ ਇਹ ਤੁਸੀਂ ਯਾਦ ਰੱਖਣੀਆਂ ਹੂੰ ਹੂੰ ਔਰ ਇਹੀ ਕੁਝ ਬਹੁਤਾ ਕੁਝ ਜਿਹੜਾ ਨਾ ਜੀ ਉਹ ਤੁਹਾਨੂੰ ਹੁੰਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਦਿਸੂਗਾ ਜੀ ਜੀ ਪੰਨੂ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਜੇ ਹੁਣ ਇਲੈਕਸ਼ਨ ਹੋ ਜਾਂਦੇ ਨੇ ਤਾਂ ਜਿਹੜੀ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਹੀ ਪੈ ਸਕਦੀ ਆ ਵੀ ਉਹਦੇ ਚਾਂਸੇ ਹਾਲ ਦੀ ਘੜੀ ਲੱਗਦੇ ਨੇ ਵੀ ਸਟਰੋਂਗ ਨੇ ਜਿਹੜੇ ਅਮਰਦੀ ਪਾਸੇ ਨਿਗਾਹ ਮਾਰ ਲਈਏ ਪੰਨੂ ਸਾਹਿਬ ਤੁਹਾਨੂੰ ਐ ਨਹੀਂ ਲੱਗਦਾ ਵੀ ਭਾਵੇਂ ਉਹ ਰਾਜਸੀ ਪੱਧਰ ਤੇ ਹੋਵੇ ਜਾਂ ਕੇਂਦਰੀ ਪੱਧਰ ਤੇ ਹੋਵੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਹੋਵੇ ਹੁਣ ਜਿਵੇਂ ਅਮਰੀਕਾ ਦੇ ਵਿੱਚ ਚੋਣਾਂ ਨੇ ਆ ਯਾ ਹੁਣ ਸਾਡੇ ਇਥੇ ਬੀਸੀ ਚੋਣਾ ਹੋ ਰਹੀਆਂ ਨੇ ਹਰ ਪਾਸੇ ਇੰਜ ਪ੍ਰਤੀਤ ਹੁੰਦਾ ਜਿਵੇਂ ਜਿਹੜੀ ਆਪੋਜੀਸ਼ਨ ਆ ਆਪੋਜੀਸ਼ਨ ਬੜੀ ਵੀਕ ਹੈ ਸੋ ਜਿਹੜੀ ਰੂਲਿੰਗ ਪਾਰਟੀ ਆ ਉਹ ਇਸ ਕਰਕੇ ਤੇ ਕਈ ਵਾਰੀ ਚਲੋ ਇੱਕ ਤਾਂ ਆਪਣੇ ਕੰਮਾਂ ਕਰਕੇ ਦੂਜਾ ਆਪੋਜੀਸ਼ਨ ਦੀ ਕਮਜ਼ੋਰੀ ਕਰਕੇ ਵੀ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਇਹ ਤੁਹਾਡੀ ਗੱਲ ਬਿਲਕੁਲ ਜਿਹੜੀ ਦੀ ਉਹ ਸਹੀ ਹੈ ਐਕਚੁਅਲੀ ਮੈਂ ਅੱਜ ਸ਼ਾਮੀ ਵੀ ਜਿਹੜਾ ਦੀ ਉਹ ਸੋਚ ਰਿਹਾ ਸੀਗਾ ਕਿ ਜਿਹੜੀ ਦੇ ਉਹਨੂੰ ਓਵਰਆਲ ਕਿਉਂਕਿ ਚੱਲਦਾ ਤਾਂ ਉਹੀ ਕੁਝ ਰਹਿੰਦਾ ਨਾ ਜੀ ਕਿ ਵੀ ਕੀ ਕੁਝ ਹੋ ਰਿਹਾ ਕਿ ਜਿਹੜੀ ਪੋਲਿਟਿਕਸ ਹੈ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਸਿਆਸੀ ਹਸਤੀਆਂ ਨੇ ਉਹ ਇੱਕੋ ਜਿਹਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਸਾਰਾ ਕੁਝ ਇੱਕੋ ਜਿਹਾ ਹੀ ਹੋ ਗਿਆ ਇੱਕ ਜਿਹੜਾ ਗਲੋਬ ਪਿੰਡ ਬਣਨ ਦੀ ਆਪਾਂ ਗੱਲ ਕਰਦੇ ਸੀ ਕਿ ਗਲੋਬਲ ਤੌਰ ਤੇ ਜਿਹੜਾ ਗਲੋਬ ਹੈ ਉਹ ਪਿੰਡ ਬਣ ਗਿਆ ਠੀਕ ਹੈ ਨਾ ਜੀ ਹਾਂਜੀ ਤੁਸੀਂ ਦੇਖ ਲਓ ਤੁਸੀਂ ਕੈਨੇਡਾ ਦੀ ਸਿਆਸਤ ਦੇਖ ਲਓ ਜੀ ਕੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਰਕਾਰ ਬਚੀ ਹੈ ਜੀ ਕਿਹੋ ਜਿਹੇ ਇਲਜ਼ਾਮ ਲੱਗ ਰਹੇ ਆ ਬਿਲਕੁਲ ਅਮਰੀਕਾ ਦੀ ਅਮਰੀਕਾ ਦਾ ਤੁਸੀਂ ਜਿਹੜੀ ਡਿਬੇਟਸ ਮੈਂ ਵੀ ਜਿਹੜੀ ਦੀ ਉਹ ਦੇਖੀ ਮੇਰੇ ਮੁਤਾਬਕ ਸਵੇਰੇ ਸੀ ਤੁਹਾਡੇ ਮੁਤਾਬਕ ਰਾਤ ਸੀ ਉਹ ਸਾਰੀ ਡਿਬੇਟ ਦੇਖੀ ਉਹਦੇ ਵਿੱਚ ਜਿਸ ਕਿਸਮ ਦੇ ਇਲਜ਼ਾਮ ਲੱਗਦੇ ਆ ਅੱਜ ਤੱਕ ਤੁਸੀਂ ਬਹੁਤ ਕਲੋਜ਼ਲੀ ਵਾਚ ਕਰਦੇ ਹੋ ਮੈਨੂੰ ਬਤਾਵੇ ਜਿਹੜੀ ਹਰ ਚੀਜ਼ ਨੂੰ ਸੁੰਘਦੇ ਹੋ ਤੁਸੀਂ ਅੱਜ ਤੱਕ ਕਿਸੇ ਪ੍ਰੈਜ਼ੀਡੈਂਟ ਜਿਹੜੀ ਡਿਬੇਟ ਹੁੰਦੀ ਆ ਅਮਰੀਕਾ ਦੀ ਜਿੰਨੇ ਇੱਕ ਸਾਲਾਂ ਤੋਂ ਤਕਰੀਬਨ 2 ਦਹਾਕਿਆਂ ਤੋਂ ਮੈਂ ਵੀ ਜਿਹੜਾ ਦੀ ਉਹ ਦੇਖ ਰਿਹਾ ਹਾਂ ਉਹਨੂੰ ਕਲੋਜ਼ਲੀ ਇਸ ਪੱਧਰ ਤੱਕ ਤਾਂ ਨਹੀਂ ਜਿਹੜਾ ਦੀ ਉਹ ਕਿਹਾ ਗਿਆ ਵੀ ਸ਼ਟ ਅਪ ਹੂੰ ਅਓ ਜਿਹੜੇ ਕਿਸੇ ਤੱਕ ਨਹੀਂ ਇਦਾਂ ਦੇ ਲਫਜ਼ ਜਿਹੜੇ ਦੀ ਪਿਛਲੀ ਡਿਬੇਟ ਦੇ ਵਿੱਚ ਉਹ ਕਿਹਾ ਸੀ ਨਾ ਹੀ ਇਜ਼ ਅ ਕਲਾਉਨ ਹਾਂ ਹੂੰ ਆ ਜੀ ਬਿਲਕੁਲ ਇਹ ਇਹ ਇਸ ਡਿਬੇਟ ਦੇ ਵਿੱਚ ਵੀ ਜਿਹੜੀਆਂ ਗੱਲਾਂ ਜਿਹੜੀਆਂ ਦੀ ਉਹ ਕੀਤੀਆਂ ਆ ਤੁਹਾਨੂੰ ਨਹੀਂ ਲੱਗਦਾ ਕਿ ਸਾਰਾ ਕੁਝ ਜਿਹੜਾ ਦੀ ਇਹ ਇਹ ਇੱਕ ਗਲੋਬ ਇੱਕ ਪੋਲਿਟਿਕਸ ਦੇ ਪੱਖੋਂ ਹੋ ਰਿਹਾ ਚੰਦ ਘਰਾਣੇ ਜਿਹੜੇ ਆ ਦੀ ਉਹ ਚਾਹੇ ਪੰਜਾਬ ਸੂਬੇ ਦੇ ਉੱਤੇ ਆ ਚਾਹੇ ਉਹ ਭਾਰਤ ਦੇ ਉੱਤੇ ਆ ਚਾਹੇ ਤੁਸੀਂ ਅਮਰੀਕਾ ਦੇ ਵਿੱਚ ਲਾ ਲਓ ਹੁਣ ਆਪਾਂ ਕਾਰਪੋਰੇਟ ਅਦਾਰਿਆਂ ਦੀ ਗੱਲ ਕਰਦੇ ਆਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਆਂ ਉੱਥੋਂ ਦੇ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਨੇ ਉਹ ਕੌਣ ਨੇ ਇੱਥੇ ਸੁਖਬੀਰ ਸਿੰਘ ਬਾਦਲਹੂਰੀ ਪ੍ਰੈਸ ਕਾਨਫਰੰਸ ਲਾਉਂਦੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਜੀ ਅਸੀਂ ਸਾਡੀ ਸਰਕਾਰ ਬਣਾਓ ਅਸੀਂ ਸਾਰੇ ਬਿੱਲ ਜਿਹੜੇ ਦੀ ਉਹ ਰੱਦ ਕਰ ਦੇਾਂਗੇ ਸਭ ਤੋਂ ਵੱਡਾ ਕਾਰਪੋਰੇਟ ਘਰਾਣਾ ਤਾਂ ਬਾਦਲ ਪਰਿਵਾਰ ਹੈ ਔਰ ਜਿਹੜੇ ਇਹ ਕੈਪਟਨ ਅਮਰਿੰਦਰ ਸਿੰਘ ਹੂਰੀ ਨੇ ਉਹ ਕੈਪਟਨ ਅਮਰਿੰਦਰ ਸਿੰਘ ਅਖਵਾ ਕੇ ਇੰਨੇ ਖੁਸ਼ ਨਹੀਂ ਹੁੰਦੇ ਜਿਨ੍ਹਾਂ ਮਹਾਰਾਜਾ ਅਮਰਿੰਦਰ ਸਿੰਘ ਅਖਵਾ ਕੇ ਖੁਸ਼ ਹੁੰਦੇ ਨੇ ਕਹਤਾ ਉਹ ਵੀ ਕਾਰਪੋਰੇਟ ਘਰਾਣੇ ਨੇ ਨਾ ਜੀ ਉਹ ਕਾਬਜ਼ ਨੇ ਭਾਰਤ ਦੇ ਉੱਤੇ ਤੁਸੀਂ ਲਾ ਲਓ ਭਾਰਤੀ ਜਨਤਾ ਪਾਰਟੀ ਦੀ ਕਹਿਣ ਨੂੰ ਸਰਕਾਰ ਹੈ ਜੀ ਐਕਚੁਅਲੀ ਇਹ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਉਹ ਸਰਕਾਰ ਇਸ ਵੇਲੇ ਜਿਹੜੀ ਉਹ ਬਣੀ ਹੋਈ ਆ ਮੈਨੂੰ ਲੱਗਦਾ ਕਿ ਗਲੋਬ ਕਿਸੇ ਹੋਰ ਪੱਖੋਂ ਪਿੰਡ ਬਣਿਆ ਹੋਵੇ ਦਾ ਨਾ ਬਣਿਆ ਹੋਵੇ ਸਿਆਸਤ ਪੱਖੋਂ ਗਲੋਬ ਪਿੰਡ ਬਣ ਗਿਆ ਜੀ ਅੱਛਾ ਪੰਨੂ ਸਾਹਿਬ ਜੇ ਕਿਸਾਨ ਸੰਘਰਸ਼ ਦੀ ਗੱਲ ਕਰੀਏ ਬਹੁਤ ਸਾਰੀ ਜਿਹੜੀ ਰਾਜਸੀ ਪਾਰਟੀਆਂ ਨੇ ਉਹਨਾਂ ਦੀ ਜਿਹੜੀ ਖੇਡ ਸੀ ਆ ਜੋ ਉਹਨਾਂ ਦਾ ਇੱਕ ਤੁਸੀਂ ਲਗਾ ਲਓ ਜਿਸ ਹਿਸਾਬ ਨਾਲ ਉਹ ਸਟੈਬਲਿਸ਼ ਹੋਏ ਹੋਏ ਸੀ ਉਹਨੂੰ ਕਾਫੀ ਜ਼ਿਆਦਾ ਉਹਦੀ ਜੜਾਂ ਦੇ ਉੱਪਰ ਸਿੱਧਾ ਇਹਦਾ ਅਸਰ ਪਿਆ ਜੜਾਂ ਹਿੱਲ ਗਈਆਂ ਨੇ ਇਹ ਇਹਦੇ ਬਾਰੇ ਦੱਸੋ ਜੀ ਇਹ ਬਿਲਕੁਲ ਇਹ ਉੱਥੇ ਹੀ ਗੱਲ ਫੇਰ ਜਿਹੜੀ ਦੀ ਉਹ ਆ ਕਿ ਇਹ ਪਹਿਲੀ ਵਾਰੀ ਹੋਇਆ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਆਪਾਂ ਜਿਸ ਦਿਨ ਮੈਂ ਤੁਹਾਨੂੰ ਇਹ ਕਿਹਾ ਸੀਗਾ ਵੀ ਬਾਕੀ ਖਬਰਾਂ ਚਾਹੇ ਰਹਿ ਜਾਣ ਮੈਕਸਿਮਮ ਜਿਹੜੀ ਦੀ ਆਪਾਂ ਇਹਦੀ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਜਿਵੇਂ ਵਿਧਾਨ ਸਭਾ ਦੇ ਵਿੱਚ ਜਿਹੜਾ ਦੀ ਉਹ ਕੀ ਹੋਇਆ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਨੇ ਜੋ ਕਿਹਾ ਉਹ ਸਿਆਸੀ ਪਾਰਟੀਆਂ ਉਹਨਾਂ ਨੂੰ ਕਰਨਾ ਪੈ ਗਿਆ ਹੂੰ ਤੁਸੀਂ ਜਿਹੜਾ ਦੀ ਉਹ ਲਿਆਓ ਕਿ ਆਰਡੀਨੈਂਸ ਜਾਰੀ ਹੋਏ ਬਦਲਦਲ ਜਿਹੜਾ ਜੀ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਡਟ ਕੇ ਖੜਾ ਹੋ ਗਿਆ ਇੱਥੇ ਜਿਹੜੇ ਖੇਤੀਬਾੜੀ ਮੰਤਰੀ ਸੀ ਉਹਨਾਂ ਨੂੰ ਲਿਆਂਦਾ ਗਿਆ ਚੰਡੀਗੜ੍ਹ ਪ੍ਰੈਸ ਕਾਨਫਰੰਸ ਉਹਨਾਂ ਦੀ ਕਰਵਾਈ ਗਈ ਫੇਰ ਸੁਖਬੀਰ ਸਿੰਘ ਬਾਦਲਹੂਰੀ ਉਹਨਾਂ ਦੀ ਇੱਕ ਚਿੱਠੀ ਲੈ ਆਏ ਉੱਥੋਂ ਉਸ ਚਿੱਠੀ ਨੂੰ ਅਕਾਲੀ ਦਲ ਨੇ ਖੂਬ ਪ੍ਰਚਾਰਿਆ ਜਿਹੜਾ ਸੀਗਾ ਜੀ ਆਹ ਦੇਖੋ ਜੀ ਇਹਦੇ 'ਚ ਕੋਈ ਐਮਐਸਪੀ ਨਹੀਂ ਖਤਮ ਹੋ ਰਹੀ ਇਹਦੇ 'ਚ ਕੋਈ ਮੰਡੀਆਂ ਜਿਹੜੀਆਂ ਦੀ ਉਹ ਖਤਮ ਨਹੀਂ ਹੋ ਰਹੀਆਂ ਹਾਲਾਤ ਜਿਹੜੇ ਐਸੇ ਬਣ ਗਏ ਅਕਾਲੀ ਦਲ ਬਾਦਲ ਦੇ ਵਾਸਤੇ ਜਦੋਂ ਤੱਕ ਇਹ ਬਿੱਲ ਪਾਸ ਹੋਣ ਦੀ ਗੱਲ ਆ ਗਈ ਕਿ ਉਹਨੂੰ ਕੋਣੀ ਮੋੜ ਜਿਹੜਾ ਉਹ ਕੱਟਣਾ ਪੈ ਗਿਆ ਅੱਛਾ ਉਸ ਕੋਣੀ ਮੋੜ ਦੇ ਵਿੱਚ ਜਿਹੜਾ ਦੀ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਫੇਰ ਉਹਨਾਂ ਨੇ ਤਖਤਾਂ ਤੋਂ ਜਿਹੜਾ ਜੀ ਉਹ ਜਲੂਸ ਵੀ ਕੱਢ ਲਿਆ ਫਰਕ ਉਹਦੇ ਨਾਲ ਕੋਈ ਨਹੀਂ ਪਿਆ ਜਿਹੜੇ ਜਦੋਂ ਜਦੋਂ ਉਹ ਨਾਕਿਆਂ ਤੋਂ ਲੰਘੇ ਤੇ ਉੱਥੇ ਮੁਰਦਾਬਾਦ ਹੋਇਆ ਜੀ ਅੱਜ ਜਿੰਨੇ ਨਾਰੇ ਲੱਗ ਰਹੇ ਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਜਿੱਥੇ ਜਿੱਥੇ ਉਹ ਬੈਠੇ ਨੇ ਵਕ ਵਕ ਥਾਵਾਂ ਤੇ ਧਰਨਿਆਂ ਦੇ ਉੱਤੇ ਉਹ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਂਦੇ ਆ ਉਹ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਰੇ ਲਾਉਂਦੇ ਆ ਉਹ ਬਾਦਲ ਪਰਿਵਾਰ ਮੁਰਦਾਬਾਦ ਦੇ ਨਾਰੇ ਜੜੇ ਦੀ ਉਹ ਲਾਉਂਦੇ ਆ ਉਹਨਾਂ ਜਿਹੜੇ ਜਿਹੜੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਪਿਛਲੇ ਦਿਨੀ ਉਹਦੇ ਵਿੱਚ ਸਿਆਸੀ ਪਾਰਟੀਆਂ ਨੂੰ ਵਿਰੋਧੀ ਧਿਰਾਂ ਨੂੰ ਖਾਸ ਤੌਰ ਦੇ ਤੇ ਇਹ ਉਮੀਦ ਸੀਗੀ ਕਿ ਇਹ ਜਿਹੜੇ ਬਿੱਲ ਦੇ ਇਹ ਪਾਸ ਕੀਤੇ ਗਏ ਆ ਕਾਨੂੰਨ ਨਹੀਂ ਇਦੋਂ ਬਾਅਦ ਕਿਸਾਨਾਂ ਨੇ ਕੋਈ ਗੱਲ ਨਹੀਂ ਮੰਨਣੀ ਉਹ ਔੜੇ ਰਹਿਣਗੇ ਕਿਸਾਨ ਮੰਨ ਗਏ ਤੇ ਉਹਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਪਰਮਿਸ਼ਨ ਦਿੱਤੀ ਸਭ ਤੋਂ ਵੱਧ ਤਕਲੀਫ ਜਿਹੜੀ ਆ ਦੀ ਉਹ ਵਿਰੋਧੀ ਧਿਰਾਂ ਨੂੰ ਹੋਈ ਹੈ ਦੀ ਹੂੰ ਹੂੰ ਵੀ ਇਹ ਕੀ ਹੋ ਗਿਆ ਇਹ ਤਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਦੇ ਵਿੱਚੋਂ ਗੇਮ ਕਰ ਗਏ ਕਿਤੇ ਨਾ ਕਿਤੇ ਚਾਹੇ ਕੁਝ ਵੀ ਆ ਜਿੰਨਾ ਵੀ ਕੀਤਾ ਉਹ ਬਿੱਲ ਨੇ ਕੁਝ ਵੀ ਨਹੀਂ ਲੋਕਾਂ ਨੇ ਮਨਾਜ ਪੈ ਗਈ ਵੀ ਨਹੀਂ ਉਹ ਐਮਐਸਪੀ ਵਾਲਾ ਉਹਨਾਂ ਨੇ ਜੀ ਪਾਸ ਕਰਤਾ 3 ਸਾਲ ਦੀ ਸਜ਼ਾ ਹੋ ਜੂਗੀ ਸਜ਼ਾ ਕਿਨੂੰ ਹੋਊਗੀ ਕਿਵੇਂ ਹੋਊਗੀ ਉਹ ਬਾਅਦ ਵਾਲੀਆਂ ਗੱਲਾਂ ਨੇ ਇੱਕ ਜਿਹੜੀ ਚੀਜ਼ ਸੀ ਜਿਹੜੀ ਇੱਕਦਮ ਕਿਤੇ ਨੂੰ ਹਿੱਟ ਕਰਦੀ ਆ ਉਹ ਇਹ ਚੀਜ਼ ਹਿੱਟ ਜਿਹੜੀ ਉਹ ਕੀਤੇ ਅੱਛਾ ਕਾਂਗਰਸ ਜਿਹੜੀ ਆ ਉਹ ਮੈਂ ਹੁਣੇ ਤੁਹਾਡੇ ਨਾਲ ਗੱਲ ਕਰਕੇ ਏਡੇ ਕਿ ਕਾਂਗਰਸ ਜਿਹੜੀ ਦੀ ਉਹ ਕੀ ਕਰ ਰਹੀ ਆ ਫਸੀ ਬੈਠੀ ਆ ਉਹ ਜੀ ਉਹ ਹੁਣ 3 ਵੀਲਰ ਵੀ ਭੇਜ ਰਹੀ ਆ ਸਾਰਾ ਕੁਝ ਕਰ ਰਹੀ ਆ ਵੀ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਨੇੜੇ ਹੋਇਆ ਜਾਵੇ ਜਿਹੜੀ ਮੁੱਖ ਵਿਰੋਧੀ ਧਿਰ ਇਸ ਵੇਲੇ ਆਮ ਆਦਮੀ ਪਾਰਟੀ ਉਹ ਆਪਣੇ ਤੌਰ ਦੇ ਤੇ ਕੁਝ ਨਹੀਂ ਕਰ ਰਹੀ ਉਹ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਆਪਣੇ ਵੌਲੰਟੀਅਰ ਨੂੰ ਇਹ ਕਿਹਾ ਹੋਇਆ ਕਿ ਤੁਸੀਂ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਜਾਓ ਉੱਥੇ ਪਾਰਟੀ ਦਾ ਝੰਡਾ ਨਹੀਂ ਜਿਹੜਾ ਦੀ ਉਹ ਲੈ ਕੇ ਜਾਣਾ ਉਹ ਸ਼ਾਇਦ ਸੇਫ ਗੇਮਪਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਸ਼ਾਇਦ ਸੋਚਦੀ ਹੈ ਕਿ ਜਿਹੜੇ ਕਿਸਾਨ ਨੇ ਉਹ ਅਕਾਲੀਆਂ ਦੇ ਵੀ ਵਿਰੋਧ ਦੇ ਵਿੱਚ ਖੜੇ ਨੇ ਉਹ ਕਾਂਗਰਸ ਦੇ ਵਿਰੋਧ ਦੇ ਵਿੱਚ ਵੀ ਖੜੇ ਨੇ ਤੇ ਤੀਜੀ ਪਾਰਟੀ ਦਾ ਚੁੱਪਚੀ ਪੀਤੇ ਜਿਹੜਾ ਦੀ ਉਹ ਸੂਤ ਆ ਜਾਣਾ ਜਦੋਂ ਕਿ ਅਜਿਹਾ ਨਹੀਂਗਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਉੱਤੇ ਜਿਹੜਾ ਦੀ ਉਹ ਯਕੀਨ ਨਹੀਂ ਕਰ ਰਹੀਆਂ ਔਰ ਉਹ ਇਹ ਸਮਝਦੀਆਂ ਨੇ ਕਿ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਬਹੁਤ ਵਾਰੀ ਮੂਰਖ ਬਣਾਇਆ ਉਹਨਾਂ ਨੂੰ ਇਉਂ ਲੱਗਦਾ ਕਿ ਅੱਜ ਵੀ ਸਿਆਸੀ ਪਾਰਟੀਆਂ ਜੜੀਆਂ ਦੀ ਉਹ ਸਾਰੀਆਂ ਦੀਆਂ ਸਾਰੀਆਂ ਉਹਨਾਂ ਨੂੰ ਮੂਰਖ ਬਣਾ ਰਹੀਆਂ ਨੇ ਜਿਹੜਾ ਸਿਨੈਰੀਓ ਇਸ ਵੇਲੇ ਪੰਜਾਬ ਦੇ ਵਿੱਚ ਬਣ ਗਿਆ ਜੀ ਬੇਰ ਨੀ ਐਨੀ ਅਨਸਰਟੇਨਿਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਿਆਸੀ ਪੱਧਰ ਦੇ ਉੱਤੇ ਕਦੀ ਨਹੀਂ ਜਿਹੜਾ ਦੀ ਉਹ ਵੇਖੀ ਗਈ ਜੇ ਅੱਜ ਕਾਂਗਰਸ ਜਿਹੜੀ ਮੈਂ ਪਹਿਲੀ ਥੋਂ ਨਾਲ ਗੱਲ ਸਾਂਝੀ ਕੀਤੀ ਹੈ ਜੇ ਅੱਜ ਕਾਂਗਰਸ ਇਹ ਸੋਚਦੀ ਆ ਕਿ ਅਸੀਂ ਅਸਤੀਫਾ ਦੇ ਕੇ ਸympathy ਹਾਸਲ ਕਰ ਲਾਂਗੇ ਕਿਸਾਨਾਂ ਦੀ ਤੇ 6 ਮਹੀਨਿਆਂ ਦੇ ਵਿੱਚ ਜਿਹੜੀਆਂ ਇਹਦੀ ਉਹ ਚੋਣਾਂ ਹੋ ਜਾਣਗੀਆਂ ਹੁਣ ਇਹ ਇਹ ਕੋਈ ਗਾਰੰਟੀ ਨਹੀਂ ਹੈਗੀ ਇਸ ਗੱਲ ਦੀ ਹੂੰ ਹੂੰ ਕੀ ਹੋਊਗਾ ਕਿਸਾਨ ਜਥੇਬੰਦੀਆਂ ਕਿਸੇ ਨੂੰ ਨਹੀਂ ਜੜਾ ਦੀ ਉਹ ਮੰਨ ਰਹੀਆਂ ਕਿਸੇ ਸਿਆਸੀ ਪਾਰਟੀ ਦੇ ਵਾਸਤੇ ਉਹ ਭੇਜ ਨਹੀਂ ਜੜੀਆਂ ਦੀ ਰਹੀਆਂ ਵੀ ਆਹ ਜੜਾ ਦੀ ਉਹ ਠੀਕ ਹੈ ਜਿੰਨਾ ਗੁੱਸਾ ਉਹਨਾਂ ਪਰਿਵਾਰਾਂ ਦੇ ਵਿੱਚ ਸਾਰੇ ਜਿੰਨੇ ਬੈਠੇ ਹੋਇਆ ਉਹਨਾਂ ਦੇ ਵਿੱਚ ਇਸ ਵੇਲੇ ਪਿਆ ਹੋਇਆ ਉਹ ਇੰਨਾ ਕਦੀ ਗੁੱਸਾ ਜੜਾ ਦੀ ਉਹ ਵੇਖਿਆ ਨਹੀਂ ਗਿਆ ਇਸ ਕਰਕੇ ਸਿਆਸੀ ਪਾਰਟੀਆਂ ਫੂਕ ਫੂਕ ਕੇ ਕਦਮ ਤਾਂ ਜੜੀਆਂ ਦੀ ਉਹ ਰੱਖ ਰਹੀਆਂ ਨੇ ਪਰ ਸੱਚੀ ਪੁੱਛੋ ਤਾਂ ਕਿਸਾਨ ਜਥੇਬੰਦੀਆਂ ਦੇ ਇਸ ਸੰਘਰਸ਼ ਨੇ ਸਾਰੀ ਜਿਹੜੀ ਸਿਆਸੀ ਖੇਡ ਸੀ ਨਾ ਜੀ ਉਹ ਐਨ ਕੰਪਲੀਟਲੀ ਵਿਗਾੜ ਕੇ ਰੱਖ ਦਿੱਤੀ ਹੈ ਜੀ ਕੁਝ ਨਹੀਂ ਸਿਆਸੀ ਪਾਰਟੀਆਂ ਨੂੰ ਸਮਝ ਆ ਰਿਹਾ ਕਿ ਕੀ ਹੋਊਗਾ ਭਲਕ ਨੂੰ ਹੂੰ ਹੂੰ ਅੱਛਾ ਪੰਨੂ ਸਾਹਿਬ ਜਿਹੜਾ ਹੁਣ ਕਿਸਾਨਾਂ ਦਾ ਗੁੱਸਾ ਜਾਂ ਰੋਸ ਹੈ ਉਹਨੂੰ ਠੱਲ ਪਾਉਣ ਦੇ ਵਾਸਤੇ ਜਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਨੇ ਉਹ ਉਸ ਹਿਸਾਬ ਨਾਲ ਹੋ ਨਹੀਂ ਰਿਹਾ ਔਨ ਟਾਪ ਆਫ 댓 ਪ੍ਰਧਾਨ ਮੰਤਰੀ ਨੇ ਤੇ ਭਾਜਪਾ ਦੇ ਪ੍ਰਧਾਨ ਨੇ ਇੱਕ ਜਿਹਾ ਬਿਆਨ ਦੇ ਦਿੱਤਾ ਜਿਹਦੇ ਨਾਲ ਕਿਸਾਨ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਗੁੱਸਾ ਹੋਰ ਜ਼ਿਆਦਾ ਭੜਕ ਉੱਠਿਆ ਕੀ ਕਹੀ ਜੀ ਗੱਲ ਉਹਨਾਂ ਨੇ ਦੇਖੋ ਇੱਕ ਤਾਂ ਜਿਹੜੇ ਜੇਪੀ ਨੱਡਾ ਨੇ ਉਹਨਾਂ ਨੇ ਇਹ ਗੱਲੜੀ ਦੀ ਕਹਿ ਦਿੱਤੀ ਬਈ ਇਹ ਜਿਹੜੇ ਕਿਸਾਨ ਨੇ ਜਿਹੜੇ ਕਹਿੰਦੇ ਧਰਨੇ ਦੇ ਰਹੇ ਆ ਇਹ ਕਿਸਾਨ ਨਹੀਂ ਦਲਾਲ ਨੇ ਹੂੰ ਔਰ ਇਹ ਇਹ ਲਫ਼ਜ਼ ਜਿਹੜਾ ਨਾ ਜੀ ਆਪਾਂ ਸਾਰੇ ਜਾਣਦੇ ਆ ਇਹ ਬੇਸ਼ੱਕ ਜਿਹੜੀ ਦਲਾਲੀ ਹੁੰਦੀ ਆ ਦਲਾਲੀ ਪੰਜਾਬੀ ਦਾ ਠੇਕ ਜਿਹੜਾ ਲਫ਼ਜ਼ ਆ ਜਿਹੜਾ ਕਿਸੇ ਤੋਂ ਕੁਝ ਸਰਵਿਸ ਚਾਰਜ ਹੂੰ ਹੂੰ ਉਹ ਲੈਣੇ ਪਰ ਸਰਵਿਸ ਚਾਰਜ ਤੁਸੀਂ ਕਾਹਦੇ ਲੈ ਰਹੇ ਹੋ ਕਿ ਇਹ ਡਿਪੈਂਡ ਹੁੰਦਾ ਜਿਹੜੀ ਜਿਹੜਾ ਇਹ ਲਫ਼ਜ਼ ਹੈ ਮੈਂ ਉਹ ਦੋ ਲਫ਼ਜ਼ਾਂ ਵਾਲਾ ਵਰਤਣਾ ਨਹੀਂ ਚਾਹੁੰਦਾ ਜੀ ਜਿਹੜਾ ਜਿਹਦੇ ਤੋਂ ਦਲਾਲੀ ਲਫ਼ਜ਼ ਜਿਹੜਾ ਦੀ ਉਹ ਬਣਿਆ ਉਹ 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 ਨਹੀਂ ਉਹ ਏਅਰ ਦੇ ਉੱਤੇ ਉਹ ਮर्यादा ਜਿਹੜੀ ਦੀ ਉਹ ਠੀਕ ਨਹੀਂ ਹੋਊਗੀ ਉਹ ਉਸ ਲਫ਼ਜ਼ ਨੂੰ ਵਰਤਣਾ ਉਹ ਲਫ਼ਜ਼ ਇਹ ਸਿਆਸੀ ਨੇਤਾ ਵਰਤ ਰਹੇ ਨੇ ਉਹ ਕਹਿੰਦੇ ਕਿ ਇਹ ਦਲਾਲ ਬੈਠੇ ਨੇ ਹੂੰ ਹੂੰ ਸੜਕਾਂ ਦੇ ਉੱਤੇ ਕਿਸਾਨ ਨਹੀਂ ਬੈਠੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਬਿਹਾਰ ਦੇ ਚੋਣ ਦੌਰੇ ਦੇ ਉੱਤੇ ਉਹਨਾਂ ਨੇ ਵੀ ਉੱਥੇ ਹੀ ਇਹੀ ਜਿਹੜਾ ਦੀ ਲਫ਼ਜ਼ ਵਰਤਿਆ ਇਹ ਕਿ ਆ ਕਿ ਵਿਚੋਲੀਏ ਤੇ ਦਲਾਲ ਅਸੀਂ ਉਹਨਾਂ ਨੂੰ ਪਾਸੇ ਕੀਤਾ ਅੱਜ ਸੜਕਾਂ ਦੇ ਉੱਤੇ ਵਿਚੋਲੀਏ ਤੇ ਦਲਾਲ ਆ ਕੇ ਬਹਿ ਗਏ ਆ ਅਸੀਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਾ ਚਾਹੁੰਦੇ ਧਾਰਾ 370 ਦੇ ਬਾਰੇ ਤੇ ਕਿਸਾਨਾਂ ਦੇ ਵਾਸਤੇ ਜਿਹੜੇ ਖੇਤੀ ਬਿੱਲ ਲਿਆਂਦੇ ਉਹਨਾਂ ਦੇ ਵਾਸਤੇ ਚੋਣਾ ਬਿਹਾਰਤ ਨੇ ਜ਼ਿਕਰ ਕੀਤਾ ਜਾਂ ਜੰਮੂ ਕਸ਼ਮੀਰ ਦਾ ਧਾਰਾ 370 ਖਤਮ ਕੀਤੀ ਹੈ ਜਾਂ ਪੰਜਾਬ ਦਾ ਜਿੱਥੇ ਸਭ ਤੋਂ ਵੱਧ ਇੰਪੈਕਟ ਜਿਹੜਾ ਉਹ ਕਿਸਾਨ ਕਿਸਾਨਾਂ ਦੇ ਉੱਤੇ ਇਹਨਾਂ ਕਿਸਾਨੀ ਖੇਤੀਬੀਲਾਂ ਦਾ ਪੈ ਰਿਆ ਇਹ ਹੜ ਬੜਾਹਟ ਨਹੀਂ ਇਹ ਬੁਖਲਾਹਟ ਨਹੀਂ ਤੇ ਹੋਰ ਕੀ ਹੈ ਦਲਾਲ ਲਫਜ਼ ਜਿਹੜਾ ਜੀ ਉਹ ਵਰਤਨਾ ਇਹ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਮੂੰਹ ਦੇ ਉੱਤੇ ਜਿਹੜੀ ਦੀ ਉੱਚ ਪੇੜ ਬਿਮਾਰੀ ਜਾ ਰਹੀ ਹੈ ਹੁਣ ਅੱਛਾ ਜਿਹੜੇ ਕਿਸਾਨ ਨੇ ਉਹ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਉਹ ਇਹਦੇ ਤੋਂ ਭੜਕੇ ਨੇ ਹੂੰ ਹੂੰ ਉਹ ਇਹ ਗੱਲ ਜਿਹੜੇ ਅੱਜ ਕਹਿੰਦੇ ਆ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਖਬਰ ਆ ਗਈ ਆ ਔਰ ਇਸ ਕਰਕੇ ਉਹਦੇ ਵੱਲੋਂ ਇਸ ਤਰ੍ਹਾਂ ਦੇ ਬਿਆਨ ਜੜੇ ਦਿੱਤੇ ਜਾ ਰਹੇ ਆ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਨੱਡਾ ਹੋਰਾਂ ਦੇ ਬਿਆਨ ਤੋਂ ਇਹ ਸਾਫ਼ ਹੋ ਗਿਆ ਕਿ ਉਹਨਾਂ ਨੂੰ ਮੰਡੀ ਸਿਸਟਮ ਦੀ ਕੋਈ ਜਾਣਕਾਰੀ ਨਹੀਂ ਹੈ ਉਹ ਕਹਿੰਦੇ ਕਿ ਇਹ ਪਹਿਲਾ ਅੰਦੋਲਨ ਹੈ ਜਿਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਨੇ ਇੱਕ ਮੰਚ ਦੇ ਉੱਤੇ ਨੇ ਕਿਸੇ ਰਾਜਨੀਤਿਕ ਪਾਰਟੀ ਨੂੰ ਅਸੀਂ ਨੇੜੇ ਖੰਗਣ ਨਹੀਂ ਦਿੱਤਾ ਜਿਹਦੇ ਕਰਕੇ ਇਹ ਸਿਆਸੀ ਪਾਰਟੀਆਂ ਖਬਰ ਆ ਗਈਆਂ ਨੇ ਉਹ ਸਾਨੂੰ ਦਲਾਲ ਦੱਸ ਰਹੀਆਂ ਨੇ ਅੱਛਾ ਵੇਖਿਆ ਜਾਵੇ ਤਾਂ ਹੁਣ ਇਹਦੇ ਵਿੱਚ ਦੋ ਜਿਹੜੇ ਆਉਂਦੇ ਆ ਸਾਰੇ ਢਾਂਚੇ ਦੇ ਵਿੱਚ ਜਿਹੜੇ ਹੁਣ ਤੱਕ ਮੰਡੀ ਸਿਸਟਮ ਨੂੰ ਚਲਾਉਂਦੇ ਨੇ ਵਿਦੇ ਦੀ ਜਾਂ ਤਾਂ ਉਹ ਜਿਹੜੇ ਹੈਗੇ ਨੇ ਆੜਤੀਏ ਨੇ ਹੂੰ ਹੂੰ ਤੇ ਜਾਂ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਐਫਸੀਆਈ ਤੇ ਦੂਜੇ ਤੇ ਹੁਣ ਜ਼ਿਆਦਾ ਕਲੀਅਰ ਕਹੋ ਵੀ ਆੜਤੀਏ ਦਲਾਲਪੁਣਾ ਕਰਦੇ ਆ ਜਾਂ ਐਫਸੀਆਈ ਵਾਲੇ ਦਲਾਲਪੁਣਾ ਕਰਦੇ ਆ ਹੂੰ ਹੂੰ ਐਫਸੀਆਈ ਦੇ ਦਲਾਲਪੁਣਾ ਕਰਦੀ ਆ ਉਹ ਤਾਂ ਸਰਕਾਰ ਦੀਆਂ ਹਾਇਰ ਕੀਤੀਆਂ ਹੋਈਆਂ ਏਜੰਸੀਆਂ ਨੇ ਜੀ ਇਹ ਕਹਿੰਦੇ ਕਿ ਹੁਣ ਤੱਕ ਲੁੱਟ ਕੇ ਖਾਂਦੇ ਸੀਗੇ ਕਿਸਾਨਾਂ ਨੂੰ ਇਹ ਦਲਾਲ ਜੇ ਆੜਤੀਆਂ ਦੀ ਗੱਲ ਜੜੀ ਦੀ ਉਹ ਕੀਤੀ ਜਾ ਰਹੀ ਹੈ ਜਿਹੜਾ ਪ੍ਰਾਣੀਆਂ ਕਹਾਵਤਾਂ ਨੇ ਕਿ ਜਿਹੜਾ ਦੀ ਉਹ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਹੂੰ ਹੂੰ ਜਿਹੜੇ ਜਿਹੜਾ ਕਿਸਾਨ ਹੈ ਉਹਦੀ ਮਜਬੂਰੀ ਸਮਝਣ ਦੀ ਅੱਜ ਲੋੜ ਆ 80% ਜਿਹੜਾ ਕਿਸਾਨ ਹੈ ਉਹ 5 ਕਿੱਲੇ ਜ਼ਮੀਨ ਤੋਂ ਹੇਠਾਂ ਵਾਲਾ ਉਹਦੇ ਵਿਚਾਰੇ ਦੇ ਜਿਹੜੀ ਫਸਲ ਆਉਂਦੀ ਆ ਕਣਕ ਝੋਨਾ ਆਉਂਦਾ ਉਹਦੇ ਪੈਸਿਆਂ ਦੇ ਨਾਲ ਤਾਂ ਵਿਦੇ ਦੀ 2 ਮਹੀਨੇ ਨਹੀਂ ਚੱਲਦੇ ਉਸ ਤੋਂ ਬਾਅਦ ਉਹਨੇ ਜੇ ਖਾਦ ਪਾਉਣੀ ਹੈ ਆੜਤੀਆਂ ਕੋਲੇ ਜੇ ਸਪਰੇਅ ਕਰਨੀ ਹੈ ਆੜਤੀਆਂ ਕੋਲੇ ਕੋਈ ਦੁੱਖ ਸੁੱਖ ਹੋ ਗਿਆ ਕਿਸੇ ਦੀ ਮਰਗ ਹੋ ਗਈ ਕੋਈ ਵਿਆਹ ਕੁੜੀ ਦਾ ਆ ਗਿਆ ਮੁੰਡੇ ਦਾ ਆ ਗਿਆ ਚੱਲ ਆੜਤੀਆਂ ਕੋਲੇ ਆੜਤੀਆ ਉਹਨੂੰ ਪੈਸੇ ਕਿਉਂ ਦਿੰਦਾ ਜੀ ਸੱਤ ਪ੍ਰਧਾਨ ਮੰਤਰੀ ਹਰਾਂ ਨੇ ਇੱਕ ਜ਼ਿਕਰ ਕੀਤਾ ਕਿ ਇੱਥੇ ਉਹ ਕਹਿੰਦੇ ਇੱਕ ਆੜਤੀਏ ਦੇ ਕੋਲੇ ਐਸੇ ਫਸਦੇ ਆ ਕਿਸਾਨ ਕਿ ਉਹ ਉਹਨੂੰ ਛੱਡ ਹੀ ਨਹੀਂ ਸਕਦੇ ਮਜਬੂਰੀ ਦੇ ਵਿੱਚ ਦੋ ਦੋ ਤਿੰਨ ਤਿੰਨ ਪੀੜ੍hiyan ਤੋਂ ਉਸ ਆੜਤੀਏ ਕੋਲੇ ਜਾ ਰਹੇ ਇਹਨੂੰ ਅਦਰ ਵੇ ਦੇਖੋ ਇਹ ਰਿਸ਼ਤਾ ਹੈ ਇੱਕ ਜਿਹੜਾ ਸ਼ਾਹ ਦੇ ਨਾਲ ਜਿਹੜਾ ਆੜਤੀਏ ਦੇ ਨਾਲ ਜਿਹੜਾ ਦੀ ਇਹਨੂੰ ਤੁਸੀਂ ਪੋਜ਼ਿਟਿਵ ਪੁਆਇੰਟ ਆਫ View ਦੇ ਨਾਲ ਵੀ ਦੇਖ ਸਕਦੇ ਹੋ ਕਿ ਅੱਗੇ ਤੋਂ ਅੱਗੇ ਤੁਰਿਆ ਆਉਂਦਾ ਆੜਤੀਆ ਕਿਉਂ ਦਿੰਦਾ ਤੁਹਾਨੂੰ ਆਧਾਰ ਜਿਹੜਾ ਦੀ ਉਹਨੂੰ ਪਤਾ ਕਿਸਾਨ ਕਿਤੇ ਨਹੀਂ ਚੱਲਿਆ ਇਹਨੇ ਫਸਲ ਮੇਰੇ ਕੋਲੇ ਜਿਹੜਾ ਦੀ ਉਹ ਲੈ ਕੇ ਆਉਣੀ ਆ ਕਿਤੇ ਪਾਸੇ ਨਹੀਂ ਜਾਣਾ ਅਜਿਹੇ ਲਫ਼ਜ਼ ਵਰਤਨੇ ਅਜਿਹੀ ਗੱਲ ਜਿਹੜੀ ਦੀ ਉਹ ਕਰਨੀ ਇਹ ਕਿਤੇ ਨਾ ਕਿਤੇ ਦੋਨਾਂ ਤਿਹਰਾ ਜਿਨ੍ਹਾਂ ਦੇ ਵਿਚਾਰੇ ਇਸ ਵੇਲੇ ਟਕਰਾਅ ਜਿਹੜਾ ਦੀ ਉਹ ਚੱਲ ਰਿਹਾ ਉਹਦੇ ਵਿੱਚ ਇਹ ਹੋਰ ਖਾਈ ਪੁੱਟਣ ਦਾ ਕੰਮ ਜਿਹੜਾ ਦੀ ਉਹ ਕਰਨਗੇ ਅਜਿਹੇ ਲਫ਼ਜ਼ੇ ਲਫ਼ਜ਼ ਘੱਟੋ ਘੱਟ ਬਹੁਤ ਉੱਚੇ ਅਹੁਦਿਆਂ ਦੇ ਬੈਠੇ ਹੋਏ ਲੋਕਾਂ ਨੂੰ ਨਹੀਂ ਜਿਹੜੇ ਦੀ ਉਹ ਵਰਤਨੇ ਚਾਹੀਦੇ ਕਿਸੇ ਵਿਅਕਤੀ ਦੀ ਕੋਈ ਜਿਹੜੀ ਪਛਾਣ ਨਹੀਂ ਹੁੰਦੀ ਪਛਾਣ ਹੁੰਦੀ ਆ ਉਹ ਬੈਠਾ ਕਿੱਥੇ ਆ ਕੇਸ ਅਹੁਦੇ ਦੇ ਉੱਤੇ ਬੈਠਾ ਰਿਸਪੈਕਟ ਬਣਾਉਣ ਨੂੰ ਉਮਰ ਲੰਘ ਜਾਂਦੀ ਆ ਤੇ ਜੋ ਗਮਾਉਣੀ ਹੋਵੇ ਤਾਂ ਕੁਝ ਸੈਕਿੰਡ ਹੀ ਚਾਹੀਦੇ ਹੁੰਦੇ ਬਿਲਕੁਲ ਸਹੀ ਗੱਲ ਬੋਲ ਰਹੇ ਹੋ ਸਾਹਿਬ ਅਚਾ ਇੰਡੀਆ ਦੇ ਵਿੱਚ ਹੁਣ ਇਹੋ ਜਿਹਾ ਕਾਨੂੰਨ ਬਣਾਇਆ ਗਿਆ ਪੰਨੂ ਸਾਹਿਬ ਇੱਕ ਵੀ ਜੇ ਪਾਣੀ ਦੀ ਦੁਰਵਰਤੋਂ ਕੀਤੀ ਗਈ ਤਾਂ ਫਿਰ ਕਾਰਵਾਈ ਹੋਏਗੀ ਕਾਨੂੰਨੀ ਕਾਰਵਾਈ ਹੋਏਗੀ ਇਹ ਇਹ ਕੀ ਰੂਲ ਬਣਾਇਆ ਜੀ ਐਕਚੁਅਲੀ ਇਹ ਇਹ ਪਹਿਲੀ ਵਾਰੀ ਹੋਇਆ ਹੈ ਹੈਰਾਨਗੀ ਹੋਊਗੀ ਬਹੁਤ ਇਹ ਚਾਹਤ ਸੁਣਨ ਵਾਲਿਆਂ ਨੂੰ ਕਿ ਕੋਈ ਵੀ ਬੰਦਾ ਸਰਕਾਰੀ ਸੰਸਥਾ ਜੇ ਉਹ ਪਾਣੀ ਜਿਹੜਾ ਜਿਹੜਾ ਪੀਣ ਯੋਗ ਪਾਣੀ ਆ ਉਹਦੀ ਦੁਰਵਰਤੋਂ ਕਰਦਾ ਹੈ ਬੇਵਜਾ ਉਹਨੂੰ ਇਸਤੇਮਾਲ ਕਰਦਾ ਹੈ ਤੇ ਇਹ ਕਾਨੂੰਨਨ ਤੌਰ ਦੇ ਉੱਤੇ ਅਪਰਾਧ ਮੰਨਿਆ ਜਾਊਗਾ। ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਪਾਣੀ ਦੀ ਬਰਬਾਦੀ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਕਾਨੂੰਨ ਜਿਹੜਾ ਜੀ ਉਹ ਨਹੀਂ ਸੀਗਾ। ਘਰਾਂ ਦੀਆਂ ਟੈਂਕੀਆਂ ਤੋਂ ਇਲਾਵਾ ਟੈਂਕਾਂ ਜਿਹੜੇ ਟੈਂਕਰ ਆਉਂਦੇ ਨੇ ਉਹ ਜਗ੍ਹਾ-ਜਗ੍ਹਾ ਦੇ ਉੱਤੇ ਪਾਣੀ ਪਹੁੰਚਾਉਂਦੇ ਨਹੀਂ ਕਿਉਂਕਿ ਉੱਥੇ ਪਾਣੀ ਪਹੁੰਚਦਾ ਹੀ ਨਹੀਂ। ਉੱਥੇ ਬਹੁਤ ਸਾਰੀ ਬਰਬਾਦੀ ਜਿਹੜੀ ਉਹ ਪਾਣੀ ਦੀ ਹੁੰਦੀ ਆ ਜਦੋਂ ਭਰਿਆ ਜਾਂਦਾ ਤੁਸੀਂ ਅਕਸਰ ਦੇਖਿਆ ਹੋਣਾ ਉੱਪਰੋਂ ਦੀ ਸਾਰਾ ਲੀਕ ਹੋਈ ਜਾਂਦਾ। ਲੀਕ ਹੁੰਦਾ ਹੁੰਦਾ ਸਾਰੀ ਸੜਕ ਦੇ ਉੱਤੇ ਜਿੱਥੋਂ ਤੱਕ ਪਹੁੰਚਦਾ ਉੱਥੋਂ ਤੱਕ ਅੱਧਾ ਜਿਹੜਾ ਜੀ ਉਹ ਜਾਂਦਾ। ਹੂੰ ਹੂੰ। ਇਹਦੇ ਕਰਕੇ ਜਿਹੜਾ ਦੀ ਇਸ ਮਾਮਲੇ ਦੇ ਉੱਤੇ ਹੁਣ ਇਹ ਕਾਨੂੰਨ ਜਿਹੜਾ ਉਹ ਬਣਿਆ 5 ਸਾਲ ਦੀ ਇਹਦੇ ਵਿੱਚ ਜਿਹੜੀ ਜੀ ਉਹ ਜੇਲ ਹੋ ਸਕਦੀ ਹੈ ਔਰ ਇਸ ਤੋਂ ਇਲਾਵਾ ਇਹਦੇ ਉੱਤੇ ਜੁਰਮਾਨਾ ਜਿਹੜਾ ਦੀ ਉਹ ਹੋ ਸਕਦਾ ਸੀਜੀਡਬਲਿਊ ਨੇ ਜਿਹੜਾ ਦੀ ਇਹ ਪਾਣੀ ਦੀ ਬਰਬਾਦੀ ਦੇ ਉੱਤੇ ਬੇਵਜ੍ਹਾ ਇਸਤੇਮਾਲ ਦੇ ਉੱਤੇ ਰੋਕ ਦੇ ਵਾਸਤੇ 8 ਅਕਤੂਬਰ 2020 ਨੂੰ ਇੱਕ ਕਾਨੂੰਨ 1986 ਦੀ ਜਿਹੜੀ ਧਾਰਾ ਉਹਦੇ ਵਿੱਚ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਜਿਹੜਾ ਉਹ ਕਰਦਿਆਂ ਹੋਇਆ ਲੋਕਾਂ ਨੂੰ ਇੱਕ ਸੰਦੇਸ਼ ਆਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅੱਗੋਂ ਤੁਸੀਂ ਪਾਣੀ ਦੀ ਬਰਬਾਦੀ ਕਰਦੇ ਰਹੇ ਤਾਂ ਹੁਣ ਕਾਨੂੰਨਨ ਕਾਰਵਾਈ ਵੀ ਜਿਹੜੀ ਹੋ ਸਕਦੀ ਹੈ ਜਿਹੜੀ ਐਨਜੀਟੀ ਆ ਨੈਸ਼ਨਲ ਗ੍ਰੀਨ ਟਰਬਿਨਲ ਉਹਦੇ ਵਿੱਚ ਇੱਕ ਵਿਅਕਤੀ ਨੇ ਜਿਹੜਾ ਸੀਗਾ ਜੀ ਆਪਣੇ ਕੁਝ ਨਾਲ ਰੜਾ ਕੇ 24 ਜੁਲਾਈ 2019 ਨੂੰ ਪਾਣੀ ਦੀ ਬਰਬਾਦੀ ਨੂੰ ਰੋਕਣ ਦੇ ਵਾਸਤੇ ਇੱਕ ਪਟੀਸ਼ਨ ਦਾਇਰ ਜਿਹੜੀ ਉਹ ਕੀਤੀ ਸੀਗੀ ਔਰ ਉਦੋਂ ਉਦੋਂ ਇਹ ਤੇ ਪਹਿਲੀ ਵਾਰੀ ਸੁਣਵਾਈ ਜਿਹੜੀ ਦੀ ਉਹ ਹੋਈ ਸੀ ਇੱਕ ਸਾਲ ਤੋਂ ਬਾਅਦ ਹੁਣ ਜਿਹੜਾ 15 ਅਕਤੂਬਰ 2020 ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੇ ਉੱਤੇ ਕੇਂਦਰੀ ਜਲ ਸ਼ਕਤੀ ਮੰਤਰਾਲਾ ਜਿਹੜਾ ਦੀ ਉਹਨੇ ਇਹਦੇ ਸਬੰਧੀ ਆਦੇਸ਼ ਜਿਹੜੇ ਦੀ ਉਹ ਜਾਰੀ ਕਰ ਦਿੱਤੇ ਆ ਕਿ ਇਹ ਕਾਨੂੰਨਨ ਅਪਰਾਧ ਹੋਊਗਾ ਪਾਣੀ ਦੀ ਵੇਸਟੇਜ ਜਿਹੜੀ ਦੀ ਬਹੁਤ ਦੇਰ ਤੋਂ ਬਾਅਦ ਤੁਸੀਂ ਕਹ ਲਓ ਕਿ ਇੱਕ ਚੱਜ ਦੀ ਗੱਲ ਜਿਹੜੀ ਆ ਉਹ ਸੁਣਨ ਨੂੰ ਮਿਲੀ ਆ ਇੱਥੇ ਨਹੀਂ ਤਾਂ ਸਾਰੇ ਪਾਈਪ ਫੜਾਉਂਦੇ ਆ ਪੰਜਾਬ ਦੇ ਵਿੱਚ ਵੱਡੀ ਜੜੀ ਦੀ ਰੋਜ਼ ਗੱਡੀਆਂ ਧੋਣੀਆਂ ਨੇ ਤੇ ਜਿਹੜਾ ਉਹਨਾਂ ਦੇ ਡਰਾਈਵੇ ਆ ਉਹਨੂੰ ਧੋਂਦਿਆਂ ਧੋਂਦਿਆਂ ਅੱਧੀ ਤੋਂ ਵੱਧ ਜਿਹੜੀ ਦੀ ਉਹ ਸੜਕ ਧੋਣੀਆਂ ਨੌਕਰ ਨੇ ਜੀ ਇੰਨੇ ਪਾਣੀ ਦੀ ਵੇਸਟੇਜ ਜਿਹੜੀ ਆ ਨਾ ਜੀ ਉਹ ਕਈ ਵਾਰੀ ਲੰਘਦੇ ਆ ਆਪਣੇ ਆਪ ਨੂੰ ਜਿਹੜਾ ਦੀ ਉਹ ਲੱਗਦਾ ਕਿ ਇਹਨਾਂ ਲੋਕਾਂ ਨੂੰ ਰੋਕਿਆ ਜਾਵੇ ਤੇ ਕਿਵੇਂ ਰੋਕਿਆ ਜਾਵੇ ਜੀ ਇਹ ਤੇ ਨਾ ਟੈਂਕੀਆਂ ਜਿਹੜੀਆਂ ਚੱਲਦੀਆਂ ਨੇ ਮੈਂ ਸਵੇਰ ਨੂੰ ਸੈਰ ਕਰਦਾ ਹੁੰਨਾ ਮੇਰੇ ਅਕਸਰ ਇਹ ਆ ਜੀ ਕਿ ਜਿਹੜੀ ਟੈਂਕੀ ਉਛਲ ਰਹੀ ਆ ਉਹਨਾਂ ਦੀ ਬੈਲ ਮਾਰਨੀ ਆ ਟੜਕਸਾਰ ਜੀ 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 ਉਸੇ ਵੇਲੇ ਜਿਹੜੀ ਉਛਲ ਰਹੀ ਆ ਉਹਨਾਂ ਨੂੰ ਬਾਹਰ ਚਾੜ ਕੇ ਵੀ ਤੁਹਾਡੀ ਟੈਂਕੀ ਲੀਕ ਕਰ ਰਹੀ ਆ ਜੀ ਅੱਛਾ ਕੋਈ ਗੱਲ ਨਹੀਂ ਦੇਖਦੇ ਆ ਜੀ ਉਹਦੇ ਉੱਤੇ ਜਿਹੜਾ ਉਹ ਪੁਰਜਾ ਲੱਗਦਾ ਜੀ 11200 ਦਾ ਲੱਗਦਾ ਜਿਹੜਾ ਆਟੋ ਸਟਾਪ ਹਾਂ ਆਟੋ ਸ਼ਟਡਾਊਨ ਕਰ ਦਿੰਦਾ ਲੋਕ ਲਵਾਉਣ ਨੂੰ ਤਿਆਰ ਨਹੀਂਗੇ ਜੀ ਹੂੰ ਜੀ ਉਹ ਲਵਾਉਣ ਨੂੰ ਤਿਆਰ ਨਹੀਂਗੇ ਜੀ ਅੱਛਾ ਪੰਨੂ ਸਾਹਿਬ ਇੱਕ ਬਰੀਫਲੀ ਦੱਸਿਓ ਵੀ ਬਿਹਾਰ ਦੀਆਂ ਚੋਣਾਂ ਦੇ ਵਿੱਚ ਇੱਥੋਂ ਕੇਂਦਰ ਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਤੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਕੁਝ ਆਪਾ ਵਿਰੋਧੀ ਜੇ ਬਿਆਨ ਦੇ ਦਿੱਤੇ ਗਏ ਨੇ ਜਿਨ੍ਹਾਂ ਕਰਕੇ ਆਪਣੀ ਗੱਲ ਦੇ ਵਿੱਚ ਆਪ ਹੀ ਉਹ ਫਸਦੇ ਜਾ ਰਹੇ ਨੇ ਕੀ ਗੱਲ ਹੋਈ ਆ ਅਕੱਲੀ ਇੱਕ ਤਾਂ ਜਿਹੜੇ ਫਾਈਨੈਂਸ ਮਿਨਿਸਟਰ ਨੇ ਤਾਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹ ਆਪਾਂ ਟੀਕੇ ਵਾਲੀ ਗੱਲ ਜਿਹੜੀ ਉਹ ਕੀਤੀ ਸੀ ਉਹਨੂੰ ਉਹਨਾਂ ਦੱਬਦੀ ਆ ਭਾਜਪਾ ਜੀ ਉਹਨੂੰ ਨਹੀਂ ਉੱਠਣ ਦੇ ਰਹੀ ਅੱਜ ਪ੍ਰਧਾਨ ਮੰਤਰੀ ਹੁਰੀ ਕਿਉਂਕਿ ਬਿਹਾਰ ਦੇ ਵਿੱਚ ਸੀਗੇ ਤੇ ਉੱਥੇ ਉਹਨਾਂ ਨੇ ਜਾ ਕੇ ਇਹ ਗੱਲ ਕਹੀ ਕਿ ਜਿਹੜੇ ਬਿਹਾਰੀ ਜਵਾਨ ਨੇ ਫੌਜ ਦੇ ਉਹਨਾਂ ਨੇ ਕਹਿੰਦੇ ਚੀਨ ਦੇ ਬਾਰਡਰ ਦੇ ਉੱਤੇ ਚੀਨ ਦੀ ਫੌਜ ਦੇ ਨਾਲ ਲੋਹਾ ਲੈਂਦੇ ਆ ਕੁਰਬਾਨੀਆਂ ਕੀਤੀਆਂ ਇਹ ਗੱਲ ਉਹਨਾਂ ਨੇ ਕਹੀ ਅੱਛਾ ਜੇ ਚੀਨ ਦੀ ਫੌਜ ਦੇ ਨਾਲ ਪਹਿਲਾਂ ਤਾਂ ਸਵਾਲ ਏ ਕਿ ਜੇ ਚੀਨ ਦੀ ਫੌਜ ਦੇ ਨਾਲ ਬਿਹਾਰੀਆਂ ਨੇ ਜਾਂ ਫੌਜ ਦੇ ਜਿਹੜੇ ਜਵਾਨ ਸੀ ਉਹਨਾਂ ਨੇ ਲੋਹਾ ਲੈਂਦਿਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਵੋਟ ਭਾਜਪਾ ਨੂੰ ਕਿਉਂ ਪਾਈ ਜਾਵੇ ਇਹ ਸਵਾਲ ਆ ਆਪਣੇ ਆਪ ਤੇ ਉਹ ਤਾਂ ਫੌਜੀ ਸੀ ਜੀ ਦੂਜਾ ਸਵਾਲ ਏ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਜਦੋਂ ਇਹ ਜਿਹੜੇ ਜਵਾਨ ਸੀਗੇ ਫੌਜ ਦੇ ਉਹਨਾਂ ਦੀ ਕੁਰਬਾਨੀ ਹੋਈ ਆ ਉਹਨਾਂ ਦੀ ਸ਼ਹੀਦੀ ਹੋਈ ਆ ਉਸ ਟਾਈਮ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਇੰਚ ਵੀ ਦੁਸ਼ਮਣ ਜਿਹੜਾ ਸਾਡੀ ਧਰਤੀ ਦੇ ਉੱਤੇ ਨਹੀਂ ਆਇਆ ਨਾ ਕੋਈ ਇੱਥੇ ਫੌਜ ਜਿਹੜੀ ਕਿਸੇ ਮੁਲਕ ਦੀ ਜਿਹੜੀ ਦੀ ਉਹ ਆਈ ਤੇ ਨਾ ਉਹਨੇ ਕੋਈ ਨੁਕਸਾਨ ਕੀਤਾ ਹੁਣ ਹੁਣ ਉਹ ਇਹ ਕਹਿੰਦੇ ਆ ਕਿ ਚੀਨੀ ਫੌਜ ਦੇ ਨਾਲ ਲੋਹਾ ਲੈਂਦੇ ਆ ਸਵਾਲ ਰਾਹੁਲ ਗਾਂਧੀ ਨੇ ਬੋਤ ਲਿਆ ਜੀ ਉਹ ਵੀ ਬਿਹਾਰ ਦੇ ਵਿੱਚ ਨੇ ਐਸ ਵੇਲੇ ਚੋਣ ਪ੍ਰਚਾਰ ਦੇ ਵਾਸਤੇ ਇਹ ਕਿਹਾ ਕਿ 1200 ਕਿਲੋਮੀਟਰ ਜਿਹੜਾ ਏਰੀਆ ਉਹ ਦੱਬੀ ਬੈਠੀ ਆ ਚੀਨ ਉਹ ਕਹਿੰਦੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਕਹਿੰਦੇ ਸੀ ਇੱਥੇ ਆਇਆ ਹੀ ਕੋਈ ਨਹੀਂ ਸਾਡੇ ਵਾਲੀ ਸਾਈਡ ਦੇ ਉੱਤੇ ਹੁਣ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਇੱਥੇ ਫੌਜ ਨੇ ਆ ਕੇ ਜਿਹੜੀ ਫੌਜ ਦੇ ਨਾਲ ਟਕਰਾਅ ਹੋਇਆ ਚੀਨੀ ਫੌਜ ਦੇ ਨਾਲ ਉਹਦੀ ਵਜ੍ਹਾ ਕਰਕੇ ਜਿਹੜਾ ਜੀ ਇਹ ਕੁਰਬਾਨੀਆਂ ਹੋਈਆਂ ਨੇ ਅੱਜ ਤੁਸੀਂ ਬਿਹਾਰ ਦੇ ਵਿੱਚ ਆ ਕੇ ਜਿਹੜਾ ਜੀ ਉਹ ਕਹਿ ਰਹੇ ਉਹ ਕਹਿੰਦੇ ਪਹਿਲਾਂ ਇਹ ਦੱਸੋ ਕਿ ਜਿਹੜੇ ਕਰੋੜਾਂ ਲੋਕ ਤੁਰ ਤੁਰ ਕੇ ਆਏ ਸੀਗੇ ਉਹਨਾਂ ਦੇ ਵਾਸਤੇ ਤੁਸੀਂ ਜਿਹੜਾ ਦੀ ਉਹ ਕੀ ਕੀਤਾ ਸੀਗਾ ਇਹ ਮੁੱਦਾ ਉੱਥੇ ਵੱਡੇ ਪੱਧਰ ਦੇ ਉੱਤੇ ਉੱਭਰ ਰਿਹਾ ਹੈ ਅਸਲ ਦੇ ਵਿੱਚ ਬਿਹਾਰ ਦੀ ਜੇ ਰਾਜਨੀਤੀ ਦੀ ਫਿਊ ਸੈਕਿੰਡ ਦੇ ਵਿੱਚ ਗੱਲ ਜਿਹੜੀ ਦੀ ਉਹ ਕਰਨੀ ਹੋਵੇ ਤੇ ਨਿਤਿਸ਼ ਕੁਮਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਆ ਜੀ ਜੀ ਦੀ ਵਜ੍ਹਾ ਕਰਕੇ ਉਹਦੀਆਂ ਜੜੀਆਂ ਭਾਈਵਾਲ ਪਾਰਟੀਆਂ ਨੇ ਉਹ ਬੁਖਲਾਹਟ ਦੇ ਵਿੱਚ ਨੇ ਅਜਿਹੀ ਬਿਆਨਬਾਜ਼ੀ ਇਸ ਕਰਕੇ ਆ ਰਹੀ ਹੈ ਹੂੰ ਬਨੂ ਸਾਹਿਬ ਇੱਕ ਬਰੀਫਲੀ ਹੋਰ ਦੱਸਿਓ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਉਹਨਾਂ ਦੀ ਸਿਹਤ ਇੱਕਦਮ ਨਾਸਾਜ਼ ਹੋ ਗਈ ਸੀ ਉਹਨਾਂ ਦੀ ਸਰਜਰੀ ਹੋਈ ਹੈ ਜੀ ਹਾਰਟ ਦੀ ਅਦੀ ਬਿਲਕੁਲ ਦਿੱਲੀ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਜਿਹੜਾ ਦੀ ਉਦਾਖਲ ਨੇ ਉਹਨਾਂ ਨੂੰ ਐਕਚੁਅਲੀ ਛਾਤੀ ਦੇ ਵਿੱਚ ਦਰਦ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਇਸ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਗਿਆ ਸੀਗਾ ਬਲਾਕੇਜ ਦੀ ਵਜ੍ਹਾ ਕਰਕੇ ਜੀ ਉਹਨਾਂ ਦੀ ਐਂਜਿਓਪਲਾਸਟੀ ਜਿਹੜੀ ਆ ਜੀ ਉਹ ਖੋਈ ਆ ਔਰ ਇਹ ਕਿਹਾ ਜਾ ਰਿਹਾ ਕਿ ਕਪਲਦੇਵ ਜਿਨ੍ਹਾਂ ਨੇ ਭਾਰਤ ਦੇ ਵਾਸਤੇ ਪਹਿਲਾ ਵਰਲਡ ਕੱਪ ਜਿੱਤਿਆ ਸੀ ਉਹ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਅੱਜ ਵੀ ਚਹੇਤੇ ਪਲੇਅਰ ਨੇ ਜੀ 올 ਰੌਂਡਰ ਕਪਲ ਭਾਜੀ ਅਕਸਰ ਤੌਰ ਦੇ ਜਿਹੜਾ ਦੀ ਉਹਨਾਂ ਨੂੰ ਅਕਸਰ ਜਿਹੜਾ ਦੀ ਉਹ ਕਿਹਾ ਜਾਂਦਾ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਜਿਹੜੀ ਦੀ ਉਹ ਦੱਸੀ ਗਈ ਆ ਉਹਨਾਂ ਦੀ ਐਂਜੋਪਲਾਸਟੀ ਇੱਕਦਮ ਇਸ ਕਰਕੇ ਕਰਨੀ ਪਈ ਕਿ ਹਾਲਾਤ ਜਿਹੜੇ ਦੀ ਉਹ ਸੀਰੀਅਸ ਸੀਗੇ ਪਰ ਹੁਣ ਜਿਹੜਾ ਦੀ ਐਂਜੋਪਲਾਸਟੀ ਤੋਂ ਬਾਅਦ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜੀ ਜੀ ਤੇ ਪਰਨੂ ਸਾਹਿਬ ਅੱਜ ਨਾਵਾ ਕੀ ਹੈ ਜੀ ਕਿ ਚੌਕਸੀ ਬਹੁਤ ਸਰਕਾਰ ਪੰਜਾਬ ਕਹਿੰਦੀ ਤਸਕਰੀ ਅਜੇ ਵੀ ਨੇਤਾ ਹੋਈ ਜਾਂਦੀ ਹੂੰ ਹੂੰ ਕੌਕਸੀ ਬਾਤ ਸਰਕਾਰ ਪੰਜਾਬ ਕਹਿੰਦੀ ਤਸਕਰੀ ਅਜੇ ਵੀ ਨੇਤਾ ਹੋਈ ਜਾਂਦੀ ਆਉਂਦੀ ਵੱਜੀ ਟਰੱਕਾਂ ਦੀ ਡਾਰ ਰਹਿੰਦੀ ਝੋਨਾ ਯੂਪੀ ਦਾ ਇਧਰ ਵੱਲ ਢੋਈ ਜਾਂਦੀ ਹੂੰ ਹੂੰ ਧਰਨੇ ਸੜਕਾਂ ਤੇ ਲਾਈ ਕਿਸਾਨ ਬੈਠੇ ਚੱਲਦੀ ਚੋਰੀ ਨਹੀਂ ਅੱਜ ਲੁਕੋਈ ਜਾਂਦੀ ਆਗੂ ਅਫਸਰ ਤੇ ਚੋਰ ਆ ਰਲੇ ਫਿਰਦੇ ਹਰਥਾ ਸ਼ਰਮ ਦੀ ਲਾਹੀ ਲੋਈ ਜਾਂਦੀ ਹੂੰ ਹੂੰ ਜਦ ਤੱਕ ਚੋਰਾਂ ਦੇ ਨਾਲ ਰੜੀ ਕੁੱਤੀ ਸਕਦਾ ਚੋਰੀ ਨੂੰ ਕੋਈ ਵੀ ਰੋਕ ਨਹੀਂ ਹੂੰ ਹੂੰ ਜਦ ਤੱਕ ਚੋਰਾਂ ਦੇ ਨਾਲ ਰੜੀ ਕੁੱਤੀ ਸਕਦਾ ਚੋਰੀ ਨੂੰ ਕੋਈ ਵੀ ਰੋਕ ਨਹੀਂ ਉਹ ਜਿਹੜੇ ਪਾਸੇ ਵੀ ਵੇਖ ਲੋ ਮਾਰ ਝਾਤੀ ਖੜਾ ਛੱਡਦੀ ਕਿਤੇ ਵੀ ਜੋਕ ਨਹੀਂ ਉਹ ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਥੈਂਕ ਯੂ ਵੈਰੀ ਮਚ ਸੇਮ ਟੂ ਯੂ ਥੈਂਕ ਯੂ ਜੀ